प्यारे बच्चों आज हम मेरी दुनिया 5वीं श्रेणी ਲਈ ਵਾਤਾਵਰਣ ਸਿੱਖਿਆ ਪਾਠ ਨੰਬਰ 8 ਬੀਜ ਦਾ ਸਫ਼ਰ ਇਹਦਾ ਅੱਜ ਅਸੀਂ ਪੁਸਤਕ ਅਭਿਆਸ ਕਰਾਂਗੇ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਉਹਨਾਂ ਨੇ ਦਿੱਤਾ ਹੋਇਆ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਇਹੇਠਾਂ ਦਿੱਤੀ ਸੂਚੀ ਪੂਰੀ ਕਰੋ ਮਸਾਲੇ ਬਜੋ ਵਰਤੇ ਜਾਣ ਵਾਲੇ ਬੀਜ ਜਿਹੜੇ ਮਸਾਲਾ ਬਣਦਾ ਕਾਲੀ ਮਿਰਚ ਜੀਰਾ ਉਹਨਾਂ ਨੇ ਦਿੱਤਾ ਹੋਇਆ ਕਾਲੀ ਮਿਰਚ ਹੋ ਸਕਦੀ ਹੈ ਧਨੀਆ ਹੋ ਸਕਦਾ ਹੈ ਇਲਾਚੀ ਹੋ ਸਕਦੀ ਹੈ ਹਲਦੀ ਵੀ ਲਿਖ ਸਕਦੇ ਹੋ ਤੁਸੀਂ ਉਹ ਤੁਹਾਡੀ ਇੱਛਾ ਮੈਂ ਇਹਨੇ ਤਿੰਨ ਲਿਖੇ ਨੇ ਕਾਲੀ ਮਿਰਚ ਧਨੀਆ ਤੇ ਇਲਾਇਚੀ ਆਟਾ ਤਿਆਰ ਕਰਨ ਵਾਲੇ ਵਰਤੇ ਜਾਣ ਵਾਲੇ ਬੀਜ ਕਣਕ ਮੱਕੀ ਬਾਜਰਾ ਜੋ ਤੇਲ ਕੱਢਣ ਲਈ ਵਰਤੇ ਜਾਣ ਵਾਲੇ ਬੀਜ ਸਰੋਂ ਮੋਂਗਫਲੀ ਅਰਸੀ ਤਣ ਇਹਨਾਂ ਅਰਸੀ ਮੋਂਗਫਲੀ ਤੇ ਇਹਨਾਂ ਦਾ ਵੀ ਜਿਹੜਾ ਤੇਲ ਆ ਉਹ ਨਿਕਲਦਾ ਹੈ ਉਸ ਤੋਂ ਅੱਗੇ ਆਪਣੇ ਕੋਲ ਹੈ ਠੀਕ ਉੱਤੇ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਇਸ ਬੀਜ ਤੋਂ ਆਟਾ ਤਿਆਰ ਕੀਤਾ ਜਾਂਦਾ ਹੈ ਸਰੋਂ ਕਣਕ ਧਨੀਆ ਕਣਕ ਤੋਂ ਉਹ ਕਣਕ ਦਾ ਆਟਾ ਖਾਣੇ ਆ ਨਾ ਕਿਸ ਬੀਜ ਦੇ ਵਰ ਤੋਂ ਮਸਾਲੇ ਵਜੋਂਦੀ ਹੈ ਹਲਦੀ ਮੱਕੀ ਬਾਜਰਾ ਹਲਦੀ ਦੀ ਇਸ ਪੌਦੇ ਦੇ ਪੱਤੇ ਤੋਂ ਨਵਾਂ ਪੌਦਾ ਤਿਆਰ ਕੀਤਾ ਜਾਂਦਾ ਹੈ ਮੂਲੀ ਕੋਬੀ ਪੱਥਰਜਟ ਪੱਥਰਜਟ ਤੋਂ ਕੀਤਾ ਜਾਂਦਾ ਹੈ ਇਸ ਲਈ ਅਸੀਂ ਪੱਥਰਜਟ ਤੇ ਸਹੀ ਦਾ ਨਿਸ਼ਾਨ ਲਗਾਵਾਂਗੇ ਕਿਹੜਾ ਪੌਦਾ ਕਲਮ ਲਗਾ ਕੇ ਉਗਾਇਆ ਜਾਂਦਾ ਹੈ ਗੈਂਦਾ ਗੁਲਾਬ ਪੱਥਰਜਟ ਗੈਂਦੇ ਦੀ ਕਲਮ ਲੱਗਦੀ ਹੈ ਅੱਗੇ ਆ ਕੇ ਦਿਮਾਗੀ ਕਸਰਤ ਬੀਜ ਜੋ ਖਾਦੇ ਜਾ ਸਕਦੇ ਹਨ ਮਤਲਬ ਜਿਨ੍ਹਾਂ ਨੂੰ ਅਸੀਂ ਖਾਸਾ ਜੀ ਵਿੱਚ ਕੱਢ ਕੇ ਦੇ ਬੀ ਖਾ ਸਕਦੇ ਆ ਮੱਕੀ ਦੇ ਖਾਨੇ ਆ ਛੋਲਿਆਂ ਦੇ ਖਾਨੇ ਆ ਸਰੋਂ ਦੇ ਬੀ ਵੀ ਆ ਜਿਹੜੇ ਅਸੀਂ ਖਾਨੇ ਆਨੇ ਕਿ ਤਰ੍ਹਾਂ ਨਾਲ ਉਹਦਾ ਤੇਲ ਨਿਕਲਦਾ जौ ਬਾਜਰਾ ਤੁਸੀਂ ਇੱਥੇ ਕੁਝ ਵੀ ਲਿਖ ਸਕਦੇ ਹੋ ਖਾਲੀ ਥਾਂ ਮ ਭਰੋ ਸਰੋਂ ਦੇ ਬੀਜਾਂ ਤੋਂ ਡੈਸ਼ ਤਿਆਰ ਕੀਤਾ ਜਾਂਦਾ ਹੈ ਤੇਲ ਗੈਂਦੇ ਦਾ ਪੌਦਾ ਡੈਸ਼ ਤੋਂ ਤਿਆਰ ਕੀਤਾ ਜਾਂਦਾ ਹੈ ਬੀਜ ਤੋਂ ਡੈਸ਼ ਦੇ ਬੀਜ ਹਵਾ ਰਾਹੀਂ ਇੱਕ ਦੂਥਾਂ ਤੋਂ ਦੂਜੀ ਥਾਂ ਜਾਂਦੇ ਹਨ ਅਕ ਤੇ ਅਸੀਂ ਅਕ ਲਿਖਾਂਗੇ ਉਸ ਤੋਂ ਅੱਗੇ ਹੈ ਸਾਡੇ ਕੋਲ ਸਹੀ ਗਲਤ ਸਾਰੇ ਪੌਦੇ ਬੀਜਾਂ ਤੋਂ ਉਗਦੇ ਹਨ ਗਲਤ ਗੰਨੇ ਦੀ ਬਜਾਈ ਲਈ ਗੰਨੇ ਦੇ ਛੋਟੇ-ਛੋਟੇ ਟੁਕੜੇ ਜ਼ਮੀਨ ਵਿੱਚ ਦੱਬੇ ਜਾਂਦੇ ਹਨ ਸਹੀ ਗੁਲਾਬ ਦਾ ਪੌਦਾ ਕਲਮ ਤੋਂ ਉਗਾਇਆ ਜਾਂਦਾ ਹੈ ਸਹੀ ਧੀਰੇ ਦੇ ਬੀਜ ਮਸਾਲੇ ਵਿੱਚੋਂ ਵਰਤੇ ਜਾਂਦੇ ਹਨ ਸਹੀ ਜਲਕੁੰਬੀ ਹਵਾ ਰਾਹੀਂ ਦੂਸਰੇ ਸਥਾਨਾਂ ਤੇ ਪਹੁੰਚ ਜਾਂਦੀ ਹੈ ਗਲਤ ਕਿਉਂਕਿ ਜਿਹੜੀ ਜਲਕੁੰਬੀ ਹੈ ਨਾ ਪੁੱਤ ਇਹ ਪਾਣੀ ਰਾਹੀਂ ਪਹੁੰਚਦੀ ਹੈ ਠੀਕ ਹੈ ਜੀ ਓਕੇ ਥੈਂਕ ਯੂ